ਇਹਨਾਂ ਜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਤੇ ਦੁਰਾਨੇ ਗਸਤ ਜਿਹੜੀ ਲੋਹਗੜ੍ਹ ਤੋਂ ਧਰਮਪੁਰ ਨੂੰ ਸੜਕ ਆਉਂਦੀ ਆ, ਉਸਦੇ ਪੁਲ ਦੇ ਥੱਲਿਓਂ ਇੱਕ ਵਿਜਿਆ ਬਾਂਦਰਾ ਨਾਂ ਦੀ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ੍ਹ। ਉਸਦੇ ਕੋਲੋਂ 260 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਆ। ਇਹ ਲੇਡੀਜ਼ ਪਿੱਛੋਂ ਕਲਕੱਤੇ ਦੀ ਰਹਿਣ ਵਾਲੀ ਆ, ਇਹ ਦਿੱਲੀਓਂ ਲਿਆ ਕੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੀ ਸੀਗੀ। ਅੱਜ ਇਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ, ਦੌਰਾਨੇ ਪੁੱਛਗਿੱਛ ਜਿਹੜੀ ਵੀ ਚੀਜ਼ ਸਾਹਮਣੇ ਆਈ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਿੱਤਾ ਜਾਊਗਾ। ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈਗਾ? ਇਹ ਜਿਹੜਾ ਅਸੀਂ ਇਹਦਾ ਕੁਛ ਰਿਕਾਰਡ ਚੈੱਕ ਕੀਤਾ ਹੈ, ਇੱਥੇ 2 ਕੇਸ ਪਹਿਲਾਂ ਰਜਿਸਟਰਡ ਹੈਗੇ ਨੇ NDBS ਐਕਟ ਦੇ। ਦੋਨੇ NDBS ਐਨਡੀ ਦੇ ਇੱਥੇ ਮਾਮਲਾ ਕਿਵੇਂ ਦੇਣਾ ਸੀਗਾ ਜੀ? ਇਹ ਹੁਣ ਜਦੋਂ ਰਿਮਾਂਡ ਲਵਾਂਗੇ ਨਾ ਜੀ, ਫਿਰ ਪਤਾ ਲੱਗੂਗਾ। ਇਹਨਾਂ ਜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਤੇ ਦੁਰਾਨੇ ਗਸਤ ਜਿਹੜੀ ਲੋਹਗੜ੍ਹ ਤੋਂ ਧਰਮਪੁਰ ਨੂੰ ਸੜਕ ਆਉਂਦੀ ਆ, ਉਸਦੇ ਪੁਲ ਦੇ ਥੱਲਿਓਂ ਇੱਕ ਵਿਜਿਆ ਬਾਂਦਰਾ ਨਾਂ ਦੀ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ੍ਹ। ਉਸਦੇ ਕੋਲੋਂ 260 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਆ। ਇਹ ਲੇਡੀਜ਼ ਪਿੱਛੋਂ ਕਲਕੱਤੇ ਦੀ ਰਹਿਣ ਵਾਲੀ ਆ, ਇਹ ਦਿੱਲੀਓਂ ਲਿਆ ਕੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੀ ਸੀਗੀ। ਅੱਜ ਇਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ, ਦੌਰਾਨੇ ਪੁੱਛਗਿੱਛ ਜਿਹੜੀ ਵੀ ਚੀਜ਼ ਸਾਹਮਣੇ ਆਈ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਿੱਤਾ ਜਾਊਗਾ। ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈਗਾ? ਇਹ ਜਿਹੜਾ ਅਸੀਂ ਇਹਦਾ ਕੁਛ ਰਿਕਾਰਡ ਚੈੱਕ ਕੀਤਾ ਹੈ, ਇੱਥੇ 2 ਕੇਸ ਪਹਿਲਾਂ ਰਜਿਸਟਰਡ ਹੈਗੇ ਨੇ NDBS ਐਕਟ ਦੇ। ਦੋਨੇ NDBS ਐਨਡੀ ਦੇ ਇੱਥੇ ਮਾਮਲਾ ਕਿਵੇਂ ਦੇਣਾ ਸੀਗਾ ਜੀ? ਇਹ ਹੁਣ ਜਦੋਂ ਰਿਮਾਂਡ ਲਵਾਂਗੇ ਨਾ ਜੀ, ਫਿਰ ਪਤਾ ਲੱਗੂਗਾ। ਇਹਨਾਂ ਜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਤੇ ਦੌਰਾਨੇ ਗਸਤ ਜਿਹੜੀ ਲੋਹਗੜ੍ਹ ਤੋਂ ਧਰਮਪੁਰ ਨੂੰ ਸੜਕ ਆਉਂਦੀ ਆ, ਉਸਦੇ ਪੁਲ ਦੇ ਥੱਲਿਓਂ ਇੱਕ ਵਿਜਿਆ ਬਾਂਦਰਾ ਨਾਂ ਦੀ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ੍ਹ। ਉਸਦੇ ਕੋਲੋਂ 260 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਆ। ਇਹ ਲੇਡੀਜ਼ ਪਿੱਛੋਂ ਕਲਕੱਤੇ ਦੀ ਰਹਿਣ ਵਾਲੀ ਆ, ਇਹ ਦਿੱਲੀਓਂ ਲਿਆ ਕੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੀ ਸੀਗੀ। ਅੱਜ ਇਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ, ਦੌਰਾਨੇ ਪੁੱਛਗਿੱਛ ਜਿਹੜੀ ਵੀ ਚੀਜ਼ ਸਾਹਮਣੇ ਆਈ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਿੱਤਾ ਜਾਊਗਾ। ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈਗਾ? ਇਹ ਜਿਹੜਾ ਅਸੀਂ ਇਹਦਾ ਕੁਛ ਰਿਕਾਰਡ ਚੈੱਕ ਕੀਤਾ ਹੈ, ਇੱਥੇ 2 ਕੇਸ ਪਹਿਲਾਂ ਰਜਿਸਟਰਡ ਹੈਗੇ ਨੇ NDBS ਐਕਟ ਦੇ। ਦੋਨੇ NDBS ਐਨਡੀ ਦੇ ਇੱਥੇ ਮਾਮਲਾ ਕਿਵੇਂ ਦੇਣਾ ਸੀਗਾ ਜੀ? ਇਹ ਹੁਣ ਜਦੋਂ ਰਿਮਾਂਡ ਲਵਾਂਗੇ ਨਾ ਜੀ, ਫਿਰ ਪਤਾ ਲੱਗੂਗਾ। ਇਹਨਾਂ ਜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਤੇ ਦੌਰਾਨੇ ਗਸਤ ਜਿਹੜੀ ਲੋਹਗੜ੍ਹ ਤੋਂ ਧਰਮਪੁਰ ਨੂੰ ਸੜਕ ਆਉਂਦੀ ਆ, ਉਸਦੇ ਪੁਲ ਦੇ ਥੱਲਿਓਂ ਇੱਕ ਵਿਜਿਆ ਬਾਂਦਰਾ ਨਾਂ ਦੀ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ੍ਹ। ਉਸਦੇ ਕੋਲੋਂ 260 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਆ। ਇਹ ਲੇਡੀਜ਼ ਪਿੱਛੋਂ ਕਲਕੱਤੇ ਦੀ ਰਹਿਣ ਵਾਲੀ ਆ, ਇਹ ਦਿੱਲੀਓਂ ਲਿਆ ਕੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੀ ਸੀਗੀ। ਅੱਜ ਇਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ, ਦੌਰਾਨੇ ਪੁੱਛਗਿੱਛ ਜਿਹੜੀ ਵੀ ਚੀਜ਼ ਸਾਹਮਣੇ ਆਈ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਿੱਤਾ ਜਾਊਗਾ। ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈਗਾ? ਇਹ ਜਿਹੜਾ ਅਸੀਂ ਇਹਦਾ ਕੁਛ ਰਿਕਾਰਡ ਚੈੱਕ ਕੀਤਾ ਹੈ, ਇੱਥੇ 2 ਕੇਸ ਪਹਿਲਾਂ ਰਜਿਸਟਰਡ ਹੈਗੇ ਨੇ NDBS ਐਕਟ ਦੇ। ਦੋਨੇ NDBS ਐਨਡੀ ਦੇ ਇੱਥੇ ਮਾਮਲਾ ਕਿਵੇਂ ਦੇਣਾ ਸੀਗਾ ਜੀ? ਇਹ ਹੁਣ ਜਦੋਂ ਰਿਮਾਂਡ ਲਵਾਂਗੇ ਨਾ ਜੀ, ਫਿਰ ਪਤਾ ਲੱਗੂਗਾ। ਇਹਨਾਂ ਜੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਤੇ ਦੌਰਾਨੇ ਗਸਤ ਜਿਹੜੀ ਲੋਹਗੜ੍ਹ ਤੋਂ ਧਰਮਪੁਰ ਨੂੰ ਸੜਕ ਆਉਂਦੀ ਆ, ਉਸਦੇ ਪੁਲ ਦੇ ਥੱਲਿਓਂ ਇੱਕ ਵਿਜਿਆ ਬਾਂਦਰਾ ਨਾਂ ਦੀ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕੱਲ੍ਹ। ਉਸਦੇ ਕੋਲੋਂ 260 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਆ। ਇਹ ਲੇਡੀਜ਼ ਪਿੱਛੋਂ ਕਲਕੱਤੇ ਦੀ ਰਹਿਣ ਵਾਲੀ ਆ, ਇਹ ਦਿੱਲੀਓਂ ਲਿਆ ਕੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੀ ਸੀਗੀ। ਅੱਜ ਇਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਜਾਊਗਾ, ਦੌਰਾਨੇ ਪੁੱਛਗਿੱਛ ਜਿਹੜੀ ਵੀ ਚੀਜ਼ ਸਾਹਮਣੇ ਆਈ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦਿੱਤਾ ਜਾਊਗਾ। ਪਹਿਲਾਂ ਵੀ ਇੱਥੇ ਕੋਈ ਮਾਮਲਾ ਦਰਜ ਹੈਗਾ? ਇਹ ਜਿਹੜਾ ਅਸੀਂ ਇਹਦਾ ਕੁਛ ਰਿਕਾਰਡ ਚੈੱਕ ਕੀਤਾ ਹੈ, ਇੱਥੇ 2 ਕੇਸ ਪਹਿਲਾਂ ਰਜਿਸਟਰਡ ਹੈਗੇ ਨੇ NDBS ਐਕਟ ਦੇ। ਦੋਨੇ NDBS ਐਨਡੀ ਦੇ ਇੱਥੇ ਮਾਮਲਾ ਕਿਵੇਂ ਦੇਣਾ ਸੀਗਾ ਜੀ? ਇਹ ਹੁਣ ਜਦੋਂ ਰਿਮਾਂਡ ਲਵਾਂਗੇ ਨਾ ਜੀ, ਫਿਰ ਪਤਾ ਲੱਗੂਗਾ।